ਸਤਿ ਸ਼੍ਰੀ ਅਕਾਲ। ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜਿਓ ਤੁਸੀਂ ਅਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ। ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾਂ ਤੋਂ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਦੀ। ਮਨਪ੍ਰੀਤ ਸਿੰਘ ਅਯਾਲੀ ਦੇ ਵੱਲੋਂ ਇੱਕ ਵੱਡੀ ਸਟੇਟਮੈਂਟ ਦਿੱਤੀ ਗਈ ਹੈ, ਵੱਡਾ ਬਿਆਨ ਦਿੱਤਾ ਗਿਆ, ਚਰਚਿਤ ਬਿਆਨ ਦਿੱਤਾ ਗਿਆ, ਅਤੇ ਉਹਨਾਂ ਦੇ ਵੱਲੋਂ ਸਾਫ਼ ਤੌਰ 'ਤੇ ਕਿਹਾ ਗਿਆ ਕਿ ਜਦੋਂ ਤੱਕ ਚੁਣਦਾ ਕਮੇਟੀ ਲਾਗੂ ਨਹੀਂ ਹੁੰਦੀ ਉਦੋਂ ਤੱਕ ਉਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਗਤੀਵਿਧੀਆਂ ਨੇ ਉਹ ਉਸ ਤੋਂ ਦੂਰ ਰਹਿਣਗੇ, ਵੱਖ ਰਹਿਣਗੇ। ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈ ਦਿਨ ਬਰ ਦਿਨ ਹੇਠਾਂ ਡਿੱਗਦਾ ਜਾ ਰਿਹਾ। 2017 ਤੋਂ ਬਾਅਦ ਜਦੋਂ 2022 ਦੀ ਚੋਣ ਹੋਈ ਹੈ ਉਦੋਂ ਵੀ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਬਹੁਤ ਹੀ ਹੇਠਲੇ ਲੈਵਲ 'ਤੇ ਆ ਡਿੱਗਿਆ, ਜਿਸ ਤੋਂ ਬਾਅਦ ਹੁਣ 2024 ਦੀ ਚੋਣਾਂ ਦੇ ਵਿੱਚ ਵੀ 13 ਦੇ 13 ਹਲਕਿਆਂ ਦੇ ਵਿੱਚੋਂ 11 ਜਿਹੜੇ ਉਮੀਦਵਾਰ ਸਨ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਦੀਆਂ ਜ਼ਮਾਨਤਾਂ ਤੱਕ ਜ਼ਬਤ ਹੋ ਗਈਆਂ। ਉਹਨਾਂ ਦੇ ਵੱਲੋਂ ਪੰਥ ਦਾ ਹਵਾਲਾ ਵੀ ਦਿੱਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ, ਪੰਥਕ ਸੋਚ ਹੈ, ਅਤੇ 100 ਸਾਲਾਂ ਪੁਰਾਣੀ ਪਾਰਟੀ ਹੈ, ਅਤੇ ਕੁਰਬਾਨੀਆਂ ਦੇ ਨਾਲ ਭਰੀ ਹੋਈ ਪਾਰਟੀ ਆ। ਲਾਸਾਨੀ ਕੁਰਬਾਨੀਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ, ਜੇਲ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦਾ ਵੱਡਾ ਨਾਤਾ ਰਿਹਾ। ਪਰੰਤੂ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦਿਨ ਬ ਦਿਨ ਗ੍ਰਾਫ ਡਿੱਗਦਾ ਜਾ ਰਿਹਾ, ਉਸ ਤੋਂ ਬਾਅਦ ਕਿਤੇ ਨਾ ਕਿਤੇ ਵੱਡੇ ਸਵਾਲ ਜ਼ਰੂਰ ਖੜ੍ਹੇ ਹੋ ਰਹੇ ਨੇ। ਅਤੇ ਇਸ ਸੰਬੰਧ ਦੇ ਵਿੱਚ ਪਹਿਲਾਂ ਵੀ ਚੁਣਦਾ ਕਮੇਟੀ ਦਾ ਗਠਨ ਕੀਤਾ ਗਿਆ ਸੀ, ਅਤੇ ਉਸ ਕਮੇਟੀ ਦੇ ਵਿੱਚ ਇੱਕ ਪ੍ਰਕਿਰਿਆ ਉਲੀਕੀ ਗਈ ਸੀ, ਪਰੰਤੂ ਉਹ ਅਜੇ ਤੱਕ ਲਾਗੂ ਨਹੀਂ ਹੋਈ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੁਣਦਾ ਕਮੇਟੀ ਨੂੰ ਲਾਗੂ ਨਹੀਂ ਕੀਤਾ ਜਾਂਦਾ, ਜਿਹੜੀ ਉਸਦੇ ਵਿੱਚ ਬਣਾਈ ਗਈ ਰਣਨੀਤੀ ਹੈ ਉਸ ਨੂੰ ਗਰਾਊਂਡ 'ਤੇ ਨਹੀਂ ਲਿਆਂਦਾ ਜਾਂਦਾ, ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਗਤੀਵਿਧੀਆਂ ਨੇ ਉਹਨਾਂ ਤੋਂ ਦੂਰ ਰਹਿਣਗੇ। ਹਾਲਾਂਕਿ ਮਨਪ੍ਰੀਤ ਸਿੰਘ ਅਯਾਲੀ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ, ਉਹ ਸ਼੍ਰੋਮਣੀ ਅਕਾਲੀ ਦਲ ਦਾ ਅੰਗ ਨੇ, ਸਿਪਾਹੀ ਨੇ, ਅਤੇ ਸ਼੍ਰੋਮਣੀ ਅਕਾਲੀ ਦੇ ਨਾਲ ਪਹਿਲਾਂ ਵੀ ਖੜ੍ਹੇ ਸਨ, ਅੱਜ ਵੀ ਖੜ੍ਹੇ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਖੜ੍ਹਨਗੇ। ਪਰੰਤੂ ਉਹਨਾਂ ਦੇ ਵੱਲੋਂ ਸਵਾਲ ਚੁੱਕ ਦਿੱਤਾ ਗਿਆ ਚੁਣਦਾ ਕਮੇਟੀ ਨੂੰ ਲੈ ਕੇ, ਅਤੇ ਉਹਨਾਂ ਦਾ ਕਹਿਣਾ ਹੈ ਕਿ ਪੰਥਕ ਸੀਟਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈ ਉਹ ਡਿੱਗ ਗਿਆ, ਅਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪੰਥਕ ਲੋਕ ਨੇ, ਪੰਥਕ ਚਿਹਰੇ ਸਨ ਸ਼੍ਰੋਮਣੀ ਅਕਾਲੀ ਦਲ, ਉਹਨਾਂ ਨੂੰ ਪਹਿਚਾਣ ਨਹੀਂ ਸਕਿਆ, ਉਹਨਾਂ ਨੂੰ ਆਪਣੇ ਨਾਲ ਲੈ ਕੇ ਨਹੀਂ ਚੱਲ ਸਕਿਆ, ਅਤੇ ਹੁਣ ਲੋੜ ਹੈ ਚੁਣਦਾ ਕਮੇਟੀ ਦੀ। ਅਤੇ ਉਹਨਾਂ ਦਾ ਕਹਿਣਾ ਹੈ ਕਿ ਚੁਣਦਾ ਕਮੇਟੀ ਦਾ ਜਿਹੜਾ ਆਰਡਰ ਹੈ, ਜਿਹੜੀ ਕਿਰਿਆ, ਜਿਹੜੀ ਪ੍ਰਕਿਰਿਆ ਹੈ, ਉਹ ਜਦੋਂ ਤੱਕ ਲਾਗੂ ਨਹੀਂ ਹੁੰਦੀ ਉਹ ਇਹ ਸਭ ਤੋਂ ਦੂਰ ਰਹਿਣਗੇ, ਅਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੁਣਦਾ ਕਮੇਟੀ ਦਾ ਪੂਰਨ ਤੌਰ 'ਤੇ ਗਠਨ ਹੋਵੇਗਾ, ਚੁਣਦਾ ਕਮੇਟੀ ਦੀ ਬਣਾਈ ਗਈ ਜਿਹੜੀ ਰਣਨੀਤੀ ਹੈ, ਸਿਆਸੀ ਵਾਗਡੋਰ ਹੈ, ਸਿਆਸੀ ਰਣਨੀਤੀ ਹੈ, ਉਸ ਨੂੰ ਲਾਗੂ ਨਹੀਂ ਕੀਤਾ ਜਾਂਦਾ, ਉਹ ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਗਤੀਵਿਧੀਆਂ ਨੇ ਉਹਨਾਂ ਤੋਂ ਦੂਰ ਰਹਿਣਗੇ। ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮੰਥਨ ਵੀ ਕੀਤਾ ਜਾਵੇਗਾ ਉਦੋਂ ਵੀ ਮਨਪ੍ਰੀਤ ਸਿੰਘ ਅਯਾਲੀ ਨਜ਼ਰ ਆਉਂਦੇ ਨੇ ਜਾਂ ਨਹੀਂ, ਕਿਉਂਕਿ ਮਨਪ੍ਰੀਤ ਸਿੰਘ ਅਯਾਲੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕੋ ਇੱਕ ਉਹ ਦਿੱਗਜ਼ ਨੇ। ਜਦੋਂ ਵੱਡੀ ਹਨੇਰੀ ਚੱਲੀ ਉਦੋਂ ਮਨਪ੍ਰੀਤ ਸਿੰਘ ਅਯਾਲੀ ਖੜ੍ਹੇ ਰਹੇ, ਹਾਲਾਂਕਿ ਇੱਕ ਵਾਰ ਉਹਨਾਂ ਦੀ ਹਾਰ ਜ਼ਰੂਰ ਹੋਈ ਹੈ, ਪਰੰਤੂ ਉਸ ਤੋਂ ਬਾਅਦ ਉਹ ਲਗਾਤਾਰ ਚੋਣ ਅਖਾੜੇ ਦੇ ਵਿੱਚ ਜਿੱਤ ਹਾਸਲ ਕਰਦੇ ਆਏ ਨੇ, ਅਤੇ ਲੋਕਾਂ ਦੀ ਬਹੁਤਾਤ ਗਿਣਤੀ ਅੱਜ ਵੀ ਮਨਪ੍ਰੀਤ ਸਿੰਘ ਅਯਾਲੀ ਦੇ ਨਾਲ ਖੜ੍ਹੀ ਨਜ਼ਰ ਆਉਂਦੀ ਹੈ।